ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ ਤੇ ਇੱਕ ਚੀਜ਼ ਦਾ ਤਾਂ ਮੈਨੂੰ ਪਤਾ ਹੈ ਉਹ ਤਾਂ ਮੈਂ ਕਨਫਰਮ ਕਰ ਦੇਵਾਂ ਕਿ ਪਿਛਲੇ ਇੱਕ ਹਫ਼ਤੇ ਤੋਂ ਸਭ ਰੋਲ ਗਦੋਲ ਚੱਲਣ ਦਿਆ ਕੋਈ ਖਾਸ ਇੰਟਰਸਟਿੰਗ ਵੀਡੀਓ ਬਣ ਨਹੀਂ ਰਹੀ ਨਾ ਹੀ ਕੋਈ ਵਲੌਗ ਇੰਟਰਸਟਿੰਗ ਬਣ ਰਿਹਾ ਨਾ ਕਿਸੇ ਮਾਡਲ 'ਤੇ ਕੰਮ ਹੋ ਰਿਹਾ ਵੀਡੀਓ ਸ਼ੂਟ ਕੀਤੀ ਨੂੰ ਕਾਫੀ ਟਾਈਮ ਹੋ ਗਿਆ ਅਤੇ ਬਸ ਕੀ ਕਰ ਸਕਦੇ ਹੁਣ ਕੰਮ ਹੀ ਥੋੜ੍ਹੇ ਜਿਹੇ ਇੱਦਾਂ ਦੇ ਸੀ ਵਿੱਚ ਅਤੇ ਕੁਛ ਕੱਲ੍ਹ ਵੀ ਨਹੀਂ ਵਲੌਗ ਬਣਿਆ ਕੱਲ੍ਹ ਵੀ ਇੱਕ ਜ਼ਰੂਰੀ ਕੰਮ ਸੀਗਾ ਬਸ ਉਹ ਚੱਕਰਾਂ ਵਲੌਗ ਬਣਾਇਆ ਨਹੀਂ ਮੈਂ ਅਤੇ ਅੱਜ ਕੀਤਾ ਸਟਾਰਟ ਅਤੇ ਮੌਕੇ 'ਤੇ ਆਹ ਦੇਖ ਲਓ ਹਾਲਾਤ ਇੱਦਾਂ ਦੇ ਨੇ ਮੇਜ਼ ਦੇ ਇੱਕ ਤਾਂ ਆਹ ਪਾਰਸਲ ਆਪਣਾ ਆਇਆ ਸੀਗਾ ਕੱਲ੍ਹ ਲੈ ਕੇ ਆਇਆ ਵਾਂ ਵੈਸੇ ਪਾਰਸਲ ਆਏ ਨੂੰ ਤਾਂ ਮੈਨੂੰ ਲੱਗਦਾ ਹਫ਼ਤਾ ਹੋ ਚੱਲਿਆ ਅਤੇ ਕੱਲ੍ਹ ਲੈ ਕੇ ਆਇਆ ਮੈਂ ਇਹਦੇ ਸਮਾਨ ਵੈਸੇ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਸੀਗਾ ਕਿ ਸੇਮ ਇਸੇ ਸਮਾਨ ਦੀ ਆਪਾਂ ਪਹਿਲਾਂ ਅਨਬੋਕਸਿੰਗ ਕਰ ਚੁੱਕੇ ਹਾਂ ਬਾਕੀ ਦੁਬਾਰੇ ਤੁਹਾਨੂੰ ਵਿਖਾ ਦਿੰਦਾ ਮੈਂ ਠੀਕ ਹੈ ਅਤੇ ਉਸ ਦੇ ਨਾਲ ਆਪਾਂ ਅਰਜਨ 'ਤੇ ਕੰਮ ਸਟਾਰਟ ਕੀਤਾ ਹੋਇਆ ਉਹ ਮੈਂ ਤੁਹਾਨੂੰ ਲਾਸਟ ਵਲੌਗ 'ਚ ਵਿਖਾਇਆ ਸੀਗਾ ਆਹ ਦੇਖੋ ਇਹਦਾ ਮੇਨ ਜਿਹੜਾ ਗੇਅਰ ਹੈ ਉਹ ਤਿਆਰ ਹੈ ਸ਼ਾਫਟ ਇਸ ਤੋਂ ਬਾਅਦ ਅੱਗੇ ਇਹਦੇ 'ਚ ਗੇਅਰ ਜੋੜ ਦੇਣੇ ਅਤੇ ਪਲੈਨ ਤਾਂ ਮੇਰਾ ਇਹੀ ਸੀਗਾ ਕਿ ਅੱਜ ਕੰਮ ਕਰਦੇ ਇਹਦੇ 'ਤੇ ਪਰ ਮੈਨੂੰ ਲੱਗਦਾ ਅੱਜ ਕੰਮ ਹੋਣਾ ਨਹੀਂ ਇਹਦੇ 'ਤੇ ਕਿਉਂਕਿ ਨਾ ਐਮ ਸੀਲ ਹੈ ਨਹੀਂ ਆਪਣੇ ਕੋਲ ਪਹਿਲਾਂ ਮੈਨੂੰ ਲੱਗਾ ਸੀ ਸਟਾਕ ਦੇ ਵਿੱਚ ਪਈ ਹੋਈ ਹੈ ਕਿਉਂਕਿ ਸਮਾਨ ਮੈਂ ਲਗਭਗ ਨਾ ਜਿਵੇਂ ਕੋਸ਼ਿਸ਼ ਇਹੀ ਕਰਦਾ ਕਿ ਐਡਵਾਂਸ 'ਚ ਲਿਆ ਕੇ ਰੱਖਾਂ ਸਾਰਾ ਸਮਾਨ ਠੀਕ ਆ ਆਹ ਦੇਖੋ ਇੱਥੇ ਨਾ ਸਾਰਾ ਸਮਾਨ ਐਡਵਾਂਸ 'ਚ ਪਿਆ ਹੁੰਦਾ ਫੈਵੀ ਕੁਇਕ ਵੀ ਐਮਰਜੈਂਸੀ ਆ ਅਤੇ ਇੱਕ ਸੋਲਡਰਿੰਗ ਆਇਰਨ ਵੀ ਐਕਸਟਰਾ ਰੱਖੀ ਹੋਈ ਆ ਕਿ ਜੇ ਜ਼ਰੂਰਤ ਪੈ ਜੇ ਤਾਂ ਅਤੇ ਉਸ ਤੋਂ ਇਲਾਵਾ ਇੱਥੇ ਵੇਖੋ ਕਟਰ ਕੁਟਰ ਸਭ ਕੁਛ ਹੈਗਾ ਪਰ ਨਾ ਐਮ ਸੀਲ ਖਤਮ ਹੋ ਗਈ ਹੈ ਮੈਨੂੰ ਪਹਿਲਾਂ ਲੱਗਾ ਸੀ ਕਿ ਐਮ ਸੀਲ ਪਈ ਹੋਊਗੀ ਅਤੇ ਮੈਨੂੰ ਲੱਗਦਾ ਹੁਣ ਵੀ ਲੱਗਦਾ ਪਿਆ ਵੀ ਪਈ ਆ ਸ਼ਾਇਦ ਮੈਂ ਉਰਲੇ ਪਾਸੇ ਚੈੱਕ ਕੀਤੀ ਪਰਲੇ ਪਾਸੇ ਚੈੱਕ ਹੀ ਨਹੀਂ ਕੀਤੀ ਪਰ ਆਹ ਮੈਨੂੰ ਲੱਗਦਾ ਉਹ ਨਹੀਂ ਗੀ ਸ਼ਾਇਦ ਹੈਗੀ ਉਹ ਖੁੱਲ੍ਹੀ ਹੋਈ ਆ ਇਹ ਨਹੀਂ ਖੁੱਲ੍ਹੀ ਨਹੀਂ ਗੀ ਸ਼ੁਕਰ ਹੈ ਐਮ ਸੀਲ ਹੈਗੀ ਆ ਚਲੋ ਆਪਾਂ ਅਰਜਨ 'ਤੇ ਕੰਮ ਕਰ ਸਕਦੇ ਹਾਂ ਹੈ ਤਾਂ ਵੈਸੇ ਥੋੜ੍ਹੀ ਹੋਈ ਆ ਮੈਂ ਦੇਖਦਾ ਹੋਰ ਵੀ ਡੱਬੇ ਹੋਣਗੇ ਜੇ ਇੱਕ ਲੱਭਿਆ ਨਾ ਹੋਰ ਵੀ ਲੱਭਣਗੇ ਅਸਲ 'ਚ ਨਾ ਮੈਂ ਲਿਆ ਕੇ ਨਵੀਂ ਇੱਧਰਲੀ ਸਾਈਡ ਸੁੱਟਤੀ ਸੀ ਇੱਦਾਂ ਹੀ ਅਤੇ ਤਿੰਨ ਚਾਰ ਪੀਸ ਮੈਂ ਵਿੱਚੋਂ ਕੱਢ ਲਏ ਸੀਗੇ ਅਤੇ ਉਸ ਤੋਂ ਬਾਅਦ ਮੈਂ ਇੱਧਰ ਹੀ ਵੇਖਿਆ ਇੱਧਰ ਵੇਖਿਆ ਹੀ ਨਹੀਂ ਮੈਂ ਇੱਕ ਅੱਧਾ ਹੋਰ ਪੀਸ ਮਿਲ ਜਾਣਾ ਫਿਰ ਆਪਣਾ ਕੰਮ ਸਰ ਜਾਊਗਾ ਨਾ ਭਾਈ ਕਿਸਮਤ ਸੀਗੀ ਇੱਕ ਪੀਸ ਮਿਲ ਗਿਆ ਹੋਰ ਤਾਂ ਹੈ ਹੀ ਨਹੀਂ ਹੋਰ ਹੈ ਨਹੀਂ ਇੱਕ ਪੀਸ ਹੈ ਚਲੋ ਇੱਕ ਪੀਸ ਨਾਲ ਜਿੰਨਾ ਉਹ ਕੰਮ ਹੋਊਗਾ ਉਹਨਾਂ ਕੋਲ ਕਰਦੇ ਹਾਂ ਆਪਾਂ ਠੀਕ ਆ ਇਹਨੂੰ ਟੰਗ ਦਈਏ ਵਾਪਸ ਇੱਥੇ ਚਲੋ ਮੁੰਡਿਓ ਥੋੜ੍ਹਾ ਜਿਹਾ ਕੰਮ ਤਾਂ ਕਰਾਂਗੇ ਵੈਸੇ ਮੇਰਾ ਪਲੈਨ ਸੀਗਾ ਕਿ ਐਮ ਸੀਲ ਜੇ ਹੈ ਨਹੀਂ ਗੀ ਤਾਂ ਫਿਰ ਕੰਮ ਆਪਾਂ ਰੋਕ ਦਿੰਦੇ ਹਾਂ ਸ਼ਾਮ ਨੂੰ ਜਾਵਾਂਗੇ ਐਲਾਂਬਾਦ ਦੀਆਂ ਤਲਵਾੜੇ ਐਮ ਸੀਲ ਲੈ ਕੇ ਆਵਾਂਗੇ ਮੈਂ ਛੇਤੀ ਕਿਤੇ ਹੁਣ ਗੇੜਾ ਮਾਰਦਾ ਨਹੀਂ ਬਾਜ਼ਾਰ ਕਿਉਂਕਿ ਕੰਮ ਕੋਈ ਹੁੰਦਾ ਨਹੀਂ ਸਮਾਨ ਵਗੈਰਾ ਵੀ ਕੋਈ ਖਾਸ ਲਿਆਉਣਾ ਨਹੀਂਗਾ ਕੱਲ੍ਹ ਮੈਂ ਕੋਈ ਜ਼ਰੂਰੀ ਕੰਮ ਸੀ ਤਾਂ ਮੈਂ ਕੱਲ੍ਹ ਵਲੌਗ ਵੀ ਨਹੀਂ ਬਣਾਇਆ ਕੱਲ੍ਹ ਮੈਂ ਗਿਆ ਸੀਗਾ ਅਤੇ ਕੱਲ੍ਹ ਫਿਰ ਮੈਂ ਪਾਰਸਲ ਫੜ ਲਿਆ ਸੀ ਐਮ ਸੀਲ ਦਾ ਧਿਆਨ ਹੀ ਨਹੀਂ ਸੀ ਮੈਨੂੰ ਚਲੋ ਦੇਖਦੇ ਹਾਂ ਐਮ ਸੀਲ ਨਾਲ ਜਿੰਨਾ ਕੁ ਕੰਮ ਹੁੰਦਾ ਅਰਜਨ 'ਤੇ ਕਰਦੇ ਹਾਂ ਆਪਾਂ ਉਸ ਤੋਂ ਬਾਅਦ ਫਿਰ ਜਾ ਕੇ ਤਲਵਾੜੇ ਨੂੰ ਸ਼ਾਮ ਨੂੰ ਐਮ ਸੀਲ ਲੈਵਾਂਗੇ ਉਸ ਤੋਂ ਬਾਅਦ ਫਿਰ ਅੱਗੇ ਕੰਮ ਕਰ ਲਾਂਗੇ ਠੀਕ ਹੈ ਉਸ ਤੋਂ ਇਲਾਵਾ ਮੇਰਾ ਪਲੈਨ ਹੈ ਕਿ ਸ਼ਾਮ ਨੂੰ ਜਿੰਨਾ ਵੀ ਸੈਟਅਪ ਬਾਹਰ ਹੈਗਾ ਉਹਨੂੰ ਸੈੱਟ ਕਰਕੇ ਤਿਆਰ ਕਰਕੇ ਆਪਣੇ ਸਵਰਾਜ ਦੀ ਵੀਡੀਓ ਸ਼ੂਟ ਕਰੀਏ ਇਹਦੀ ਠੀਕ ਆ ਜਿਵੇਂ ਦੀ ਵੀ ਹੋਊਗੀ ਸ਼ੂਟ ਕਰਾਂਗੇ ਹੁਣ ਅਤੇ ਹੋਰ ਵੀ ਦੋ ਤਿੰਨ ਵੀਡੀਓ ਸ਼ੂਟ ਕਰਨ ਦਾ ਪਲੈਨ ਹੈ ਦਿਮਾਗ 'ਚ ਉਹਦੇ 'ਤੇ ਉਹ ਸਾਰਾ ਕੱਲ੍ਹ ਕੰਮ ਕਰਾਂ ਮੈਂ ਬਾਕੀ ਚਲੋ ਦੇਖਦੇ ਹਾਂ ਜਿਵੇਂ ਵੀ ਹੋਊਗਾ ਕਰ ਲਾਂਗੇ ਅੱਗੇ ਅਤੇ ਇਹਦੇ ਵਿੱਚ ਕੀ ਹੈ ਉਹ ਤੁਹਾਨੂੰ ਮੈਂ ਵਿਖਾ ਦਿੰਦਾ ਵਾਂ ਥੱਲੇ ਇੱਕ ਚੀਜ਼ ਡਿੱਗੀ ਜਸਟ ਹੁਣ ਜੀ ਹੁਣ ਇਹ ਨਹੀਂ ਪਤਾ ਕੀ ਡਿੱਗਿਆ ਚਲੋ ਕੁਛ ਨਾ ਕੁਛ ਡਿੱਗਿਆ ਹੁਣ ਆਹ ਦੇਖੋ ਇਹਦੇ ਵਿੱਚ ਉਹ ਜਗਾੜ ਹੀ ਹੈ ਪਹਿਲਾਂ ਵਾਲਾ ਫਰੰਟ ਦਾ ਅਤੇ ਬੈਕ ਸਾਈਡ ਦਾ ਜਿਹੜਾ ਐਕਸਲ ਨਿੱਕੀ ਗੱਡੀ ਅਪਗ੍ਰੇਡ ਕਰਦੇ ਹਾਂ ਆਪਾਂ ਉਹਦਾ ਸਾਰਾ ਸਮਾਨ ਹੈ ਠੀਕ ਹੈ ਵੈਸੇ ਮੈਂ ਪਹਿਲਾਂ ਵਿਖਾ ਚੁੱਕਿਆ ਪੁਰਾਣੇ ਵਲੌਗਾਂ 'ਚ ਡਿਟੇਲ 'ਚ ਦੱਸ ਚੁੱਕਿਆ ਇਸ ਕਰਕੇ ਹੁਣ ਨਹੀਂ ਮੈਂ ਜ਼ਿਆਦਾ ਡਿਟੇਲ 'ਚ ਦੱਸਦਾ ਤੁਹਾਨੂੰ ਇਹ ਸਿਰਫ ਮੈਂ ਇਸ ਕਰਕੇ ਔਡਰ ਕੀਤਾ ਸੀਗਾ ਕਿਉਂਕਿ ਉਸ ਟਾਈਮ 'ਚ ਮੈਨੂੰ 400 ਕੇ ਕੁਛ ਰੁਪਈਆਂ 'ਚ ਮਿਲ ਰਿਹਾ ਸੀਗਾ ਅਤੇ ਜਦੋਂ ਮੈਂ ਪਹਿਲਾਂ ਮੰਗਵਾਇਆ ਸੀ ਔਡਰ ਕੀਤਾ ਸੀ ਉਦੋਂ 400 ਮੈਨੂੰ ਹੁਣ ਐਗਜੈਕਟ ਅਮਾਊਂਟ ਨਹੀਂ ਯਾਦ 400 ਕੁਛ ਰੁਪਈਏ ਸੀਗੇ ਅਤੇ ਮੇਰੇ ਕੋਲ ਜਦੋਂ ਆ ਗਿਆ ਮੈਨੂੰ ਲੱਗਾ ਵੀ ਹਾਂ 400 ਕੁਛ ਰੁਪਈਆਂ 'ਚ ਵਰਥ ਇਟ ਹੈ ਠੀਕ ਹੈ ਸਮਾਨ ਇਹਦੇ 'ਚ ਕਾਫੀ ਜ਼ਿਆਦਾ ਫਿਰ ਮੈਂ ਕਿਹਾ ਵੀ ਚੱਲ ਦੋ ਤਿੰਨ ਪੀਸ ਹੋਰ ਔਡਰ ਲਾਉਂਦੇ ਹਾਂ ਲਾਸਟ 'ਤੇ ਸਿਰਫ ਦੋ ਹੀ ਪੀਸ ਬਚੇ ਸੀਗੇ ਉਹ ਮੈਂ ਔਡਰ ਲਾਏ ਉਸ ਤੋਂ ਬਾਅਦ ਆਊਟ ਆਫ ਸਟੋਕ ਹੋ ਗਿਆ ਉਸ ਤੋਂ ਬਾਅਦ ਫਿਰ ਆਇਆ ਸਟੋਕ 'ਚ ਨਵਾਂ ਰੇਟ ਸੀਗਾ 1000 ਰੁਪਏ ਠੀਕ ਹੈ ਯਾਨੀ 400 450 ਤੋਂ ਸਿੱਧਾ 1000 ਰੁਪਏ ਸਿੱਧਾ ਇਹਦਾ ਰੇਟ ਵੱਧ ਗਿਆ ਜਸਟ ਆ ਦੋ ਔਡਰ ਮੈਂ ਕੀਤੇ ਸੀਗੇ ਜਿਵੇਂ ਦੋ ਜਿਵੇਂ ਔਡਰ ਪਲੇਸ ਕੀਤੇ ਉਦੋਂ ਬਾਅਦ ਆਊਟ ਆਫ ਸਟੋਕ ਨਵਾਂ ਸਟੋਕ 1000 ਤੋਂ ਸਟਾਰਟ ਅਤੇ ਆਪਾਂ ਨੂੰ ਬਿਲਕੁਲ ਸਹੀ ਰੇਟ 'ਚ ਮਿਲ ਗਏ ਦੋ ਪੀਸ ਹੋਰ ਠੀਕ ਆ ਇਨ ਫਿਊਚਰ ਫਿਰ ਬਣਾਵਾਂਗੇ ਆਪਾਂ 4x4 XL ਕਮੈਂਟ ਆ ਰਹੇ ਨੇ ਸਵਰਾਜ ਦੇ ਸੱਚ ਮੈਂ ਪਿਛਲੇ ਵਲੌਗ 'ਚ ਪੁੱਛਿਆ ਵੀ ਸੀ ਅਤੇ ਵੈਸੇ ਫਾਰਮ ਟਰੈਕ ਦੇ ਵੀ ਕਮੈਂਟ ਆ ਰਹੇ ਨੇ ਅਤੇ ਸਵਰਾਜ ਦੇ ਵੀ ਆ ਰਹੇ ਨੇ
ਫਾਰਮ ਟਰੈਕ ਦਾ ਤੇ ਸੀਨ ਇਦਾਂ ਹੈ ਕਿ ਫਾਰਮ ਟਰੈਕ ਦੀ ਤੇ ਬੋਡੀ ਆਪਣੇ ਕੋਲ ਰੇਡੀ ਆ ਲਗਭਗ ਵੀ ਆ ਜਿਹੜੀ ਹੋਲੈਂਡ ਦੀ ਸ਼ੋਅ ਹੈ ਇਹਦੇ ਵਿੱਚ ਮੋਡੀਫਿਕੇਸ਼ਨਾਂ ਕਰਨੀਆਂ ਥੋੜੀਆਂ ਜੀਆਂ ਠੀਕ ਆ ਤੇ ਆਪਣਾ ਫਾਰਮ ਟਰੈਕ ਤਿਆਰ ਹੋ ਜਾਣਾ ਜਿਹੜਾ ਸਵਰਾਜ ਹੈ ਉਹਦੇ ਵਿੱਚ ਵੀ ਨਾ ਕੁਛ ਕੁਛ ਚੀਜ਼ਾਂ ਇਦਾਂ ਦੀਆਂ ਨੇ ਜਿਹਦੇ ਤੇ ਨਾ ਕੰਮ ਕਰਨਾ ਥੋੜ੍ਹਾ ਜਿਹਾ ਔਖਾ ਹੈ ਉਹ ਕੀ ਹੈ ਆ ਦੇਖੋ ਇੱਥੋਂ ਜਿਹੜੀ ਕਰਵ ਦੇਣੀ ਹੈ ਨਾ ਟੰਕੀ ਵਾਲੀ ਜਾਂ ਇੱਥੋਂ ਜਿਹੜੀ ਗੁਲਾਈ ਦੇਣੀ ਹੈ ਉਹਦੇ ਵਿੱਚ ਦਿੱਕਤ ਆਉਂਦੀ ਹੈ ਕਿਉਂਕਿ ਜਿਹੜੀ ਵੈਬਸਾਈਟ ਮੈਂ ਯੂਜ਼ ਕਰਦਾ ਨਾ ਉਹਦੇ ਵਿੱਚ ਜ਼ਿਆਦਾ ਗੁਲਾਈ 'ਚ ਜਿਵੇਂ ਜੇ ਆਪਾਂ ਕੋਈ ਚੀਜ਼ ਬਣਾਉਣੀ ਹੈ ਉੱਥੇ ਆਪਸ਼ਨ ਹੀ ਨੇ ਜ਼ਿਆਦਾ ਹੈ ਨਹੀਂ ਆਪਣੇ ਕੋਲ ਅਤੇ ਮੇਰੇ ਇੱਕ ਫਰੈਂਡ ਨੇ ਸਵਰਾਜ ਦੀ ਸ਼ੋਅ ਤਿਆਰ ਕੀਤੀ ਹੋਈ ਹੈ ਅਤੇ ਉਹਦੇ ਤੋਂ ਨਾ ਮੈਂ ਫਾਈਲ ਮੰਗਾ ਲੈਂਦਾ ਵਾਂ ਅਤੇ ਫਾਈਲ ਦੇ ਵਿੱਚ ਫਿਰ ਦੇਖ ਲਾਂਗਾ ਮੈਂ ਕਿਉਂਕਿ ਇੱਕ ਬੇਸ ਮਿਲ ਜਾਂਦਾ ਆਪਾਂ ਨੂੰ ਫਿਰ ਉਹਦੇ 'ਤੇ ਕੰਮ ਕਰਨਾ ਈਜ਼ੀ ਹੋ ਜਾਂਦਾ ਇੱਕ ਜ਼ੀਰੋ ਤੋਂ ਸਟਾਰਟ ਕਰਨਾ ਇੱਕ ਤੁਸੀਂ ਮੰਨ ਕੇ ਚਲੋ 90% ਕੰਮ ਹੋਇਆ ਹੈ ਬਾਕੀ ਦਾ 10% ਤੁਸੀਂ ਆਪਦੀ ਮਰਜ਼ੀ ਨਾਲ ਕਰਨਾ ਠੀਕ ਹੈ ਵੀ ਤੁਹਾਨੂੰ ਥੋੜ੍ਹਾ ਜਿਹਾ ਉਹਦੇ 'ਚ ਲੱਗਦਾ ਵੀ ਥੋੜ੍ਹੀ ਕਮੀ ਹੈਗੀ ਹੈ ਉਹ ਫਿਰ ਬੰਦਾ ਇੰਪਰੂਵ ਕਰ ਲੈਂਦਾ ਇਸ ਕਰਕੇ ਮੈਂ ਦੇਖਦਾ ਫਾਈਲ ਉਹਦੇ ਤੋਂ ਮੰਗ ਕੇ ਨਾ ਅਤੇ ਸਵਰਾਜ 'ਤੇ ਕੰਮ ਸਟਾਰਟ ਕਰਾਂਗੇ ਅਤੇ 4x4 ਦੇ ਕਮੈਂਟ ਆ ਰਹੇ ਸੀ ਕਿ ਸਵਰਾਜ 4x4 ਬਣਾਓ ਫਿਰ ਦੇਖਾਂਗੇ ਆਉਣ ਵਾਲੇ ਟਾਈਮ 'ਚ ਲਾਉਂਦੇ ਹਾਂ ਕੋਈ ਨਾ ਕੋਈ ਜਗਾੜ 'ਤੇ ਕਰਾਂਗੇ ਠੀਕ ਆ ਆਹ ਪਲੈਨ ਹੈ ਆਉਣ ਵਾਲੇ ਟਾਈਮ ਦਾ ਹਿੰਦੁਸਤਾਨ 'ਤੇ ਕੰਮ ਮੈਂ ਜਮ੍ਹਾਂ ਬੰਦ ਨਹੀਂ ਕੀਤਾ ਦੇਖਦਾ ਵਾਂ ਮੱਥਾ ਮਾਰਦਾ ਵਾਂ ਜੇ ਇੰਜਣ ਬਣ ਗਿਆ ਮੇਰੇ ਤੋਂ ਤਾਂ ਹਿੰਦੁਸਤਾਨ ਵੀ ਨਾਲ ਨਾਲ ਫਿਰ ਕਰ ਲਾਂਗੇ ਠੀਕ ਹੈ ਯਾਨੀ ਕਨਫਰਮ ਅਜੇ ਕੁਛ ਨਹੀਂ ਗਾ ਬਾਕੀ ਚਲੋ MC ਲੱਭ ਗਈ ਆਪਾਂ ਨੂੰ ਮੈਂ ਹੁਣ ਇੱਕ ਵਾਰੀ ਅਰਜਨ 'ਤੇ ਕੰਮ ਕਰਦਾ ਵਾਂ ਵਲੋਗ ਕੋਈ ਐਡਿਟ ਕਰਨ ਵਾਲਾ ਹੈ ਨਹੀਂ ਗਾ ਕੱਲ੍ਹ ਬਣਾਇਆ ਨਹੀਂ ਸੀ ਆਹ ਵਲੋਗ ਕੱਲ੍ਹ ਐਡਿਟ ਕਰਾਂਗੇ ਕੱਲ੍ਹ ਦੀ ਕੱਲ੍ਹ ਵੇਖਾਂਗੇ ਫਿਲਹਾਲ ਹੁਣ ਕੰਮ ਕਰਦੇ ਹਾਂ ਆਪਾਂ ਠੀਕ ਆ ਇੱਕ ਪਾਸੇ ਮੈਂ ਇੱਧਰ ਟਰੈਕਟਰ 'ਤੇ ਕੰਮ ਸਟਾਰਟ ਕਰਦਾ ਦੂਜੇ ਪਾਸੇ ਚੱਲੂਗਾ ਬਿਗ ਬੋਸ ਲੋ ਵੀ ਮੁੰਡੇ ਇੱਥੇ ਮੈਂ ਮਾਰਨ ਦਿਆ ਸੀ ਮੱਥਾ ਥੋੜ੍ਹਾ ਜਿਹਾ ਹੋਰ ਅਤੇ ਸ਼ੋਅ ਤਾਂ ਮੈਨੂੰ ਮੌਕੇ 'ਤੇ ਸਾਰੀ ਰੇਡੀ ਲੱਗਣ ਦਈ ਹੈ ਆਹ ਜਿਹੜੀ ਮੇਨ ਹੈ ਠੀਕ ਹੈ ਪਰ ਜਿਹੜਾ ਇੰਜਣ ਇਹਦਾ ਬਣਾਉਣਾ ਹੈ ਉਹਦੇ ਜੇ ਟਾਈਮ ਲੱਗ ਜਾਣਾ ਇਸ ਕਰਕੇ ਇੱਕ ਵਾਰੀ ਇਹਦਾ ਜਿਹੜਾ ਫੋਲਡਰ ਇਹਨੂੰ ਕਰਦੇ ਹਾਂ ਸੇਵ ਥੋੜ੍ਹਾ ਚਿਰ ਰੁਕ ਕੇ ਕਰਦੇ ਇਹਦੇ 'ਤੇ ਕੰਮ ਠੀਕ ਆ ਅਤੇ ਸਵਰਾਜ 'ਤੇ ਦੇਖਦਾ ਮੈਂ ਆਪਾਂ ਪਹਿਲਾਂ ਕਰ ਲਈ ਗੱਲ ਸਵਰਾਜ 'ਤੇ ਵੈਸੇ ਉਹਦਾ ਕੋਈ ਜੁਗਾੜ ਕਰਦਾ ਮੈਂ ਅਤੇ ਉਸ ਤੋਂ ਇਲਾਵਾ ਆਪਣਾ ਜਿਹੜਾ V8 ਹੈ ਇਹਦੇ 'ਤੇ ਫਿਰ ਦੇਖ ਲੈਣੇ AC ਕੈਬਿਨ ਫਿੱਟ ਜੇ ਕਰਨਾ ਹੋਇਆ ਮਤਲਬ ਕਰਨਾ ਤਾਂ ਹੈ ਹੀ ਹੈ ਪਰ ਮੈਂ ਸੋਚਦਾ ਸੀ ਇੱਕ ਵਾਰੀ ਨਾ ਆਹ ਜਿਹੜਾ ਵੱਡਾ ਕਲੈਕਸ਼ਨ ਹੈ ਆਪਣਾ ਇਹਨੂੰ ਨਾ ਹੀ ਛੇੜਾਂ ਜਿਵੇਂ ਵੈਸੇ ਤਾਂ ਇਹਦੇ 'ਤੇ ਵੀ ਕੰਮ ਕਰਨਾ ਹਜੇ ਫਰੰਟ ਵਾਲੇ ਟਾਇਰ ਚੇਂਜ ਹੋਣੇ ਨੇ ਇਹਦੇ ਲੋਡਰ 'ਤੇ ਵੀ ਕੰਮ ਹੋਣਾ ਜੈੱਕ ਚੇਂਜ ਹੋਣੇ ਨੇ ਉਸ ਹਿਸਾਬ ਨਾਲ V8 'ਤੇ ਵੀ ਜਿਹੜਾ ਕੰਮ ਹੋਣਾ ਮੈਨੂੰ ਇਹ ਵੀ ਥੋੜ੍ਹਾ ਜਿਹਾ ਰੁਕ ਕੇ ਕਰਦੇ ਹਾਂ ਇਹ ਵੱਡੀ ਕੈਟੇਗਰੀ ਦੇ ਟਰੈਕਟਰ ਨੇ ਫਿਲਹਾਲ ਇੱਧਰ ਕੰਮ ਕਰ ਲਈਏ ਅਤੇ ਮੌਕੇ 'ਤੇ ਅਰਜਨ 'ਤੇ ਕੰਮ ਚੱਲਣ ਦਿਆ ਇੱਥੇ MC ਲਾ ਕੇ ਛੱਡਿਆ ਹੋਇਆ ਮੈਂ ਆਹ ਦੇਖੋ ਬਿਲਕੁਲ ਐਂ ਓਕੇ ਫਿਟਿੰਗ ਹੈ MC ਲਾਈ ਹੋਈ ਹੈ MC ਸੁੱਕਦੀ ਚੰਗੀ ਤਰ੍ਹਾਂ ਪ੍ਰੋਪਰ ਉਸ ਤੋਂ ਬਾਅਦ ਫਿਰ ਅੱਗੇ ਕੰਮ ਕਰਨਾ ਉਹਦੇ 'ਚ ਵੀ ਮੈਨੂੰ ਨਾ ਥੋੜ੍ਹੀ ਜਿਹੀ ਦਿੱਕਤ ਲੱਗਣ ਦਈ ਹੈ ਕਿਹੜਾ ਇਹਦੇ 'ਚ ਜਦੋਂ ਹੋਰ ਗੇਅਰ ਲਾਏ ਆਪਾਂ ਤਾਂ ਮੋਟਰ ਲਾਉਣ ਲਈ ਜਗ੍ਹਾ ਬਚਣੀ ਨਹੀਂ ਬਹੁਤ ਜ਼ਿਆਦਾ ਜ਼ਿਆਦਾ ਜਗ੍ਹਾ ਨਹੀਂ ਹੋਣੀ ਹੋ ਸਕਦਾ ਪਲੇਟਫਾਰਮ ਚੌੜਾ ਕਰਨਾ ਪਵੇ ਜਾਂ ਕੋਈ ਹੋਰ ਜੁਗਾੜ ਲਾਉਣਾ ਪਵੇ ਦੇਖਦਾ ਮੈਂ ਪਲੈਨ ਕਰਦੇ ਹਾਂ ਕਿ ਡਬਲ ਗੇਅਰ ਲਾ ਦਾ ਮੈਂ ਬਾਕੀ ਉਹ ਚਲੋ ਬਾਅਦ 'ਚ ਤੁਹਾਨੂੰ ਪਤਾ ਲੱਗ ਜੂਗਾ ਉਸ ਦੇ ਨਾਲ ਜਿੰਨਾ ਵੀ ਸਮਾਨ ਆਪਣਾ ਆਇਆ ਸੀਗਾ ਪਾਰਸਲ ਆਪਾਂ ਲੈ ਕੇ ਆਏ ਸੀ ਉਹਦੇ ਗੇਅਰ ਵਗੈਰਾ ਸਾਰੇ ਬੈਰਿੰਗ ਉਹ ਸਾਰੇ ਮੈਂ ਡੱਬੇ 'ਚ ਪਾ ਤੇ ਇੱਥੇ ਠੀਕ ਆ ਇਹ ਤਾਂ ਮੈਂ ਮੱਥਾ ਮਾਰਨ ਦਿਆ ਸੀ ਇੱਕ ਨਵੀਂ ਚੀਜ਼ 'ਤੇ ਮੈਂ ਸੋਚਦਾ ਕਿ ਉਹਦੀ ਨਾ ਵੀਡੀਓ ਵੀ ਬਣਾ ਹੀ ਦੇਣਾ ਇਨ ਫਿਊਚਰ ਆਪਣੇ ਕੋਲ ਇੱਕ ਫਰੰਟ ਵਾਲਾ ਐਕਸਲ ਪਿਆ ਹੈ ਦੇਖਦਾ ਜੀ 855 4x4 ਬਣਾਉਣਾ ਪੈ ਗਿਆ ਅਤੇ ਆਪਣੇ ਕੋਲ ਇੱਕ ਪ੍ਰੋਪਰ ਸਿਰਾ ਜਾਂ ਐਕਸਲ ਹੋਣਾ ਚਾਹੀਦਾ ਆਹ ਐਕਸਲ ਹੈਗਾ ਵੈਸੇ ਤਾਂ ਐਕਸਲ ਜਮ੍ਹਾਂ ਓਕੇ ਇਹਦੇ 'ਚ ਕੋਈ ਦਿੱਕਤ ਨਹੀਂ ਗੀ ਆਹ ਜਿਹੜਾ ਇਹਦੇ ਵਿੱਚ ਗੇਅਰ ਲੱਗਾ ਹੋਇਆ ਉਹ ਵੀ ਮੈਟਲ ਦਾ ਹੀ ਹੈ ਸੇਮ ਇਹਦੇ ਨਾਲ ਦਾ ਹੀ ਗੇਅਰ ਹੈ ਠੀਕ ਹੈ ਥੋੜ੍ਹਾ ਸਾਈਜ਼ 'ਚ ਵੱਡਾ ਹੈ ਉਹ ਚਲੋ ਤੁਹਾਨੂੰ ਅੱਗੇ ਆਉਣਾ ਟਾਈਮ 'ਚ ਵਿਖਾ ਦਾਂ ਖੋਲ੍ਹ ਕੇ ਮੈਂ ਅਤੇ ਮੈਂ ਸੋਚਣ ਦਿਆ ਸੀ ਕਿ ਇਹਨੂੰ ਐਕਸ ਨੂੰ ਅਪਗ੍ਰੇਡ ਕਰਦੇ ਹਾਂ ਆਪਾਂ ਵੀ ਜਿਹੜਾ ਆਪਣੇ ਕੋਲ ਸਮਾਨ ਆਇਆ ਮੌਕੇ 'ਤੇ ਇੱਥੇ ਵਿਖਾ ਦਿੰਦਾ ਤੁਹਾਨੂੰ ਮੈਂ ਹਾਂ ਜਿਵੇਂ ਆਹ ਦੇਖੋ ਆਹ ਸਿਸਟਮ ਹੈ ਗੇਅਰ ਦੋਵਾਂ ਪਾਸੇ ਇੱਥੇ ਜੁਆਇੰਟ ਲੱਗੇ ਹੋਏ ਨੇ ਮੈਟਲ ਦੇ ਅਤੇ ਆਹ ਜਿਹੜਾ ਐਕਸਲ ਹੈ ਇਹਦੇ ਵਿੱਚ ਆ ਵੇਖੋ ਪਲਾਸਟਿਕ ਦੇ ਜੁਆਇੰਟ ਨੇ ਇਹ ਧੱਕਾ ਨਹੀਂ ਸਹਿ ਸਕਦੇ ਜੇ ਆਪਾਂ 855 ਨੂੰ ਪਾਉਂਦੇ ਹਾਂ ਇਹ ਚੀਜ਼ ਠੀਕ ਹੈ ਅਤੇ ਫਿਰ ਨਾ ਆਪਾਂ ਨੂੰ ਥੋੜ੍ਹਾ ਜਿਹਾ ਡਰ ਰਹੂਗਾ ਧੱਕਾ ਕਰਨ ਤੋਂ ਹੁਣ ਜਿਵੇਂ ਅਰਜਨ ਆ ਜਿਹੜਾ ਹੁਣ ਇਹਦੇ 'ਚ ਆਪਾਂ ਫਰੰਟ 'ਤੇ ਜ਼ਿਆਦਾ ਵੇਟ ਨਹੀਂ ਪਾਉਂਦੇ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਸਿਸਟਮ ਫਰੰਟ ਵਾਲਾ ਸਾਰਾ ਪਲਾਸਟਿਕ ਦਾ ਹੈ ਕਿ ਗੇਅਰ ਮੈਟਲ ਦੇ ਨੇ ਠੀਕ ਹੈ ਕਿਤੋਂ ਨਾ ਕਿਤੋਂ ਕੁਛ ਨਾ ਕੁਛ ਚੀਜ਼ ਟੁੱਟ ਜਾਊਗੀ ਅਤੇ ਮੈਨੂੰ ਇਹ ਸੀਗਾ ਕਿ ਜੇ ਆਪਾਂ ਬਣਾਈਏ 855 ਫਿਰ ਇੱਦਾਂ ਦਾ ਬਣਾਈਏ ਜਿਵੇਂ ਕਬੋਟਾ ਬਣਾਇਆ ਹੋਇਆ ਹੁਣ ਕਬੋਟਾ ਦਾ ਜਿਹੜਾ 4x4 ਵਾਲਾ ਐਕਸਲ ਉਹ ਮੈਟਲ ਦਾ ਪੂਰਾ ਇਸ ਕਰਕੇ ਕੋਈ ਟੈਨਸ਼ਨ ਨਹੀਂ ਜਿੰਨਾ ਮਰਜ਼ੀ ਵੇਟ ਪਾ ਕੇ ਜਿੱਥੇ ਮਰਜ਼ੀ ਤੋੜ ਦਿਓ ਇਹਨੂੰ ਠੀਕ ਆ ਮੈਂ ਸੋਚਦਾ ਫਿਰ 855 ਵੀ ਇੱਦਾਂ ਦਾ ਹੀ ਬਣਾਈਏ ਕਿ ਦੇ ਕੇ ਰੇਸ ਜਿੱਧਰ ਨੂੰ ਮਰਜ਼ੀ ਤੋਰ ਦਈਏ ਪਰਵਾਹ ਨਾ ਹੋਵੇ ਕੋਈ ਫਰੰਟ ਐਕਸਲ ਇੱਦਾਂ ਦਾ ਬਣਾਈਏ ਅਤੇ ਤਾਂ ਮੈਂ ਪਲੈਨ ਕਰਨੇ ਆ ਕਿ ਅੰਦਰਲਾ ਜਿਹੜਾ ਇਹਦੇ ਵਿੱਚ ਸ਼ਾਫਟ ਲੱਗੀ ਹੋਈ ਆ ਉਹ ਕੱਢ ਕੇ ਉਹਦੀ ਜਗ੍ਹਾ ਆਹ ਸ਼ਾਫਟ ਲਾ ਦਿੰਦੇ ਹਾਂ ਆਪਾਂ ਸਾਰੀ ਠੀਕ ਹੈ ਆਪਣੇ ਕੋਲ ਸਾਈਡਾਂ ਵਾਲੇ ਜੁਆਇੰਟ ਵੀ ਆ ਗਏ ਮੈਟਲ ਦੇ ਅਤੇ ਇੱਥੇ ਵਧੀਆ ਫਿਕਸ ਹੋ ਜਾਣਗੇ ਮੈਂ ਬਸ ਮੱਥਾ ਮਾਰ ਕੇ ਦੇਖਣ ਦਿਆ ਸੀਗਾ ਆਹ ਵਲੋਗ ਜਦੋਂ ਵਿੱਚ ਐਂਡ ਕੀਤਾ ਨਾ ਮੈਂ ਉਦੋਂ ਬਾਅਦ ਅਰਜਨ 'ਤੇ ਕੰਮ ਕੀਤਾ
ਤੇ ਅਰਜਨ ਦੀ ਐਮਸਿਲ ਤੇ ਸੁੱਕਣ ਦੀ ਸੀ ਫਿਰ ਮੈਂ ਇੱਥੇ ਮੱਥਾ ਮਾਰਿਆ ਇਹਨੂੰ ਸਾਰੇ ਨੂੰ ਖੋਲ ਕੇ ਇਹਨੂੰ ਫਿੱਟ ਕਰਕੇ ਦੇਖਿਆ ਸੀ ਮੈਂ ਕਿਹਾ ਫਿੱਟ ਹੁੰਦਾ ਕਿ ਨਹੀਂ ਹੁੰਦਾ ਥੋੜ੍ਹੀ ਜਿਹੀ ਦਿੱਕਤ ਆਊਗੀ ਪਰ ਫਿੱਟ ਹੋ ਜੂਗਾ ਵਧੀਆ ਠੀਕ ਆ ਫਿਰ ਮੈਂ ਸੋਚਿਆ ਵੀ ਇੱਕ ਵਾਰੀ ਹੁਣ ਇਹਨੂੰ ਬੰਦ ਕਰੀਏ ਕਿਉਂਕਿ ਇਹਦੀ ਵੀਡੀਓ ਬਣਾਵਾਂਗੇ ਆਪਾਂ ਪ੍ਰੋਪਰ ਠੀਕ ਹੈ ਦੂਜੇ ਚੈਨਲ 'ਤੇ ਵੀਡੀਓ ਆ ਜੂਗੀ ਜਦੋਂ ਇਹਨੂੰ ਅਪਗ੍ਰੇਡ ਕਰਾਂਗੇ ਆਪਾਂ ਵੈਸੇ ਆਪਣੇ ਕੋਲ ਐਕਸਲ ਵਾਧੂ ਨੇ ਹੁਣ 3 XL ਆਪਾਂ ਬਣਾ ਸਕਦੇ ਹਾਂ ਆਹ ਬਹੁਤ ਦਿੱਕਤ ਹੈ ਧਿਆਨ ਦਿੰਦੇ ਨਹੀਂ ਅਤੇ ਦੁਖਦੀ ਰਹਿੰਦੀ ਆ ਆ ਸਵੇਰ ਦੇ 3 ਵਾਰੀ ਦੁੱਖ ਗਿਆ 3 ਵਾਰੀ ਖੂਨ ਨਿਕਲਿਆ ਆਹ ਦੇਖੋ ਇੱਦਾਂ ਚੱਲਦਾ ਰਹਿੰਦਾ ਕੋਈ ਚੱਕਰ ਨਹੀਂ ਐਂ ਕਰਨ ਦਿਆ ਸੀ ਅਤੇ ਆਹ ਵੱਜੀ ਇੱਥੇ ਕਿਨਾਰੀ ਜੀ ਹੁਣ ਮੌਕੇ 'ਤੇ ਆਪਣੇ ਕੋਲ ਡਿਊਜ਼ ਫਾਰ ਖੜ੍ਹਾ 4x4 ਹੈ ਨਾਲੇ ਠੀਕ ਆ ਮੈਂ ਸੋਚਦਾ ਪਿਆ ਵਾਂ ਕਿ 855 ਦਾ ਜੇ ਤਾਂ ਸਿਸਟਮ ਬਣ ਗਿਆ ਸਾਰਾ ਓਕੇ ਠੀਕ ਹੈ ਅਤੇ ਉਹਦੇ 'ਤੇ ਕੰਮ ਕਰ ਦਾਂਗੇ ਨਹੀਂ ਤਾਂ ਫਿਰ ਇਹਨੂੰ ਕਰਦੇ ਹਾਂ ਅਨਬੋਕਸ ਅਤੇ ਇਹਦੇ 'ਤੇ ਕੰਮ ਸਟਾਰਟ ਕਰਾਂਗੇ ਫਿਰ ਆਉਣ ਵਾਲੇ ਟਾਈਮ 'ਚ ਇਹਨੂੰ ਬਣਾਵਾਂਗੇ 4x4 ਠੀਕ ਹੈ ਡਿਊਜ਼ ਫਾਰ ਯਾਨੀ ਕਿ ਕੰਮ ਬਹੁਤ ਮਿਕਸ ਜਿਹਾ ਹੋਇਆ ਪਿਆ ਕੋਕਟੇਲ ਜੀ ਬਣੀ ਪਈ ਹੈ ਦੇਖਦੇ ਹਾਂ ਕੀ ਬਣਦਾ ਅੱਗੇ ਫਿਲਹਾਲ ਹੁਣ ਸਮਾਨ ਸਾਰਾ ਇੱਕ ਵਾਰੀ ਮੈਂ ਚੱਕ ਦਿੰਦਾ ਅਤੇ ਮੇਨ ਹੁਣ ਅਰਜਨ 'ਤੇ ਧਿਆਨ ਦਿੰਦੇ ਹਾਂ ਕਿਉਂਕਿ ਇਹਦੇ ਸੋਚਣਾ ਪੈਣਾ ਕਾਫੀ ਕੁਛ ਅਤੇ ਇੱਕ ਦੋ ਪਲੈਨ ਆਏ ਨੇ ਦਿਮਾਗ 'ਚ ਉਹਨਾਂ 'ਤੇ ਕੰਮ ਕਰਦਾ ਮੈਂ ਮੇਨ ਪਹਿਲਾਂ ਐਮਸਿਲ ਸੁੱਕ ਜੇ ਉਸ ਤੋਂ ਬਾਅਦ ਕਰਦੇ ਹਾਂ ਆਪਾਂ ਸਮਾਨ ਸਾਰਾ ਫਿਰ ਦੁੱਕ ਗਿਆ ਅਤੇ ਲਓ ਵੀ ਮੁੰਡਿਓ ਲੇਟੈਸਟ ਅਪਡੇਟ ਆਏ ਕਿ ਆਪਣੇ ਅਰਜਨ 'ਤੇ ਗੇਅਰ ਵਾਲਾ ਕੰਮ ਚੱਲ ਰਿਹਾ ਚੰਗੀ ਪੱਧਰ 'ਤੇ ਠੀਕ ਹੈ ਆਹ ਦੇਖੋ ਐਮਸਿਲ ਆਈ ਹੋਈ ਹੈ ਸੁੱਕਣ ਵਾਸਤੇ ਰੱਖੀ ਅਜੇ ਸੁੱਕੀ ਨਹੀਂ ਗੀ ਪ੍ਰੋਪਰ ਅਤੇ ਗੇਅਰ ਦੇਖ ਰਿਹਾ ਵੀ ਇਹਦੇ 'ਚ 3 ਗੇਅਰ ਐਕਸਟਰਾ ਲਾਵਾਂ ਹੁਣ ਮੌਕੇ 'ਤੇ 3 ਲੱਗੇ ਹੋਏ ਨੇ ਠੀਕ ਹੈ ਜਿਹਦੇ 4 ਗੇਅਰ ਲਾ ਦੇਣਾ ਫਿਰ ਟਰੈਕਟਰ ਦੇ ਟੋਰਕ ਵੱਧ ਜਾਂਦਾ ਟਰੈਕਟਰ 'ਚ ਸਪੀਡ ਘੱਟ ਜਾਂਦੀ ਹੈ ਹੁਣ ਸੋਚਣ ਦਿਆਂ ਵੀ 3 ਗੇਅਰ 'ਤੇ ਲਾ ਕੇ ਦੇਖਦਾ ਵਾਂ ਆਹ ਦੇਖੋ ਟਾਇਰ ਚੜਾਇਆ ਹੋਇਆ ਮੈਂ ਅਤੇ ਬਸ ਇੱਥੇ RPM ਹੀ ਚੈੱਕ ਕਰਦਾ ਪਿਆ ਸੀਗਾ ਮੈਂ ਉਹਦੀ ਟੈਸਟਿੰਗ ਚੱਲਣ ਦੀ ਸੀ ਅਤੇ ਆਣਾ ਹਿੱਲੀ ਜਾਂਦੀ ਸੀ ਵਾਰ ਵਾਰ ਸ਼ਾਫਟ ਮੈਂ ਕਿਹਾ ਚੱਲ ਐਮਸਿਲ ਸੁੱਕ ਲੈਣ ਦਿੰਦੇ ਹਾਂ ਉਦੋਂ ਬਾਅਦ ਫਿਰ ਕਰਦੇ ਹਾਂ ਅੱਗੇ ਐਮਸਿਲਾਂ ਪਤਾ ਨਹੀਂ ਪੁਰਾਣੀ ਹੈ ਪਈ ਕੋਈ ਖਰਾਬ ਹੋ ਗਈ ਆ ਕੀ ਚੱਕਰ ਹੋਇਆ ਐਮਸਿਲ ਸੁੱਕਣ 'ਚ ਬਹੁਤ ਟਾਈਮ ਲੈਂਦੀ ਹੈ ਜਿਹੜੀ ਪਹਿਲਾਂ ਲਾਈ ਸੀ ਸਵੇਰ ਦੀ ਉਹ ਪਹਿਲਾਂ 5 ਘੰਟੇ ਸੁੱਕੀ ਹੈ ਅਤੇ ਮੈਨੂੰ ਲੱਗਦਾ 3-4 ਘੰਟੇ ਇਹਨੂੰ ਲੱਗੀ ਨੂੰ ਹੋ ਗਏ ਨੇ ਅਤੇ ਹਜੇ ਤੱਕ ਨਹੀਂ ਸੁੱਕੀ ਐਮਸਿਲ ਹੌਲੀ ਹੌਲੀ ਸੁੱਕਣ ਦਈ ਹੈ ਅਤੇ ਉਸ ਤੋਂ ਇਲਾਵਾ ਅੱਜ ਬਾਹਰ ਦਾ ਸੈਟਅਪ ਵੀ ਵੇਖ ਲਈਏ ਲੱਗਦਾ ਅੱਜ ਹਫ਼ਤਾ ਹੋ ਚੱਲਿਆ ਵਿਖਾਇਆ ਹੀ ਨਹੀਂ ਗਾ ਨਾ ਮੈਂ ਆਪ ਹੀ ਵੇਖਿਆ ਆਹ ਦੇਖ ਲਓ ਲਾਸਟ ਹੋਈ ਸਵਰਾਜ ਦੀ ਜਿਹੜੀ ਇੱਥੇ ਰੀਲ ਬਣਾਈ ਸੀ ਇੱਕ ਬਾਸ ਉਸ ਤੋਂ ਬਾਅਦ ਕੁਛ ਨਹੀਂ ਸ਼ੂਟ ਹੋਇਆ ਹੁਣ ਮੇਰਾ ਪਲੈਨ ਹੈ ਕਿ ਮੌਕੇ 'ਤੇ ਤਾਂ ਸ਼ੂਟ ਹੋਣਾ ਨਹੀਂ ਪਹਿਲਾਂ ਮੇਰਾ ਪਲੈਨ ਸੀ ਕਿ ਹੁਣ ਸ਼ੂਟ ਕਰ ਲਾਂਗੇ ਪਰ ਨਹੀਂ ਮੌਕੇ 'ਤੇ ਧੁੱਪ ਹੈ ਇੱਥੇ ਸ਼ੂਟ ਨਹੀਂ ਹੋ ਸਕਦਾ ਅਤੇ ਉੱਥੇ ਸ਼ੂਟ ਕਰਨ ਵਾਸਤੇ ਕੁਛ ਮੈਂ ਸੋਚਿਆ ਨਹੀਂ ਹੋਇਆ ਕੰਸੈਪਟ ਵਗੈਰਾ ਉਹ ਸਵੇਰੇ ਸੋਚ ਲਾਂਗੇ ਅਤੇ ਸਵੇਰੇ ਸਵੇਰੇ ਟਾਈਮ ਨਾਲ ਨਾ ਇੱਥੇ ਵੀਡੀਓ ਸ਼ੂਟ ਕਰਦੇ ਹਾਂ ਇਹਨੂੰ ਕੰਪਲੀਟ ਕਰਦੇ ਹਾਂ ਫਿਰ ਆਪਾਂ ਸ਼ੁਰੂ ਕਰਦੇ ਨੇ ਡਿਊਜ਼ ਫਾਰ 4x4 ਠੀਕ ਆ ਐਕਸਲ 4x4 ਤਿਆਰ ਕਰਦੇ ਹਾਂ ਜਿਹੜਾ ਤੁਹਾਨੂੰ ਮੈਂ ਦੱਸਤਾ ਸੀ ਸਾਰਾ ਕੰਸੈਪਟ ਵਗੈਰਾ ਕਿਉਂਕਿ ਮੌਕੇ 'ਤੇ ਸਾਰਾ ਸਮਾਨ ਹੈਗਾ ਆਪਣੇ ਕੋਲ ਅਤੇ ਸਭ ਨਾਲ ਈਜ਼ੀ ਆਈ ਤਰੀਕਾ ਮੈਨੂੰ ਲੱਗਣ ਦਿਆ ਸ਼ੂਟਿੰਗ ਦਾ ਅਤੇ ਉਸ ਦੇ ਨਾਲ ਵੈਸੇ ਸ਼ੋਅ 'ਤੇ ਵੀ ਕੰਮ ਸਟਾਰਟ ਕਰਦਾ ਗਾ ਮੈਂ ਉਹ ਤੁਹਾਨੂੰ ਅੱਗੇ ਪਤਾ ਲੱਗ ਜੂ ਜਿਵੇਂ ਵੀ ਉਹਦੇ 'ਚ ਕੋਈ ਅਪਡੇਟ ਆਉਂਦਾ ਨਵਾਂ ਠੀਕ ਹੈ ਵੀ ਆਪਾਂ ਨੂੰ ਸ਼ੋਅ ਜਦੋਂ ਵੀ ਮਿਲ ਜੂਗੀ ਅਤੇ ਫਿਲਹਾਲ ਤਾਂ ਐਮਸਿਲ ਸੁੱਕਣ ਦਾ ਵੇਟ ਹੀ ਕਰ ਸਕਦੇ ਆਪਾਂ ਹੋਰ ਨਹੀਂ ਕੁਛ ਮੌਕੇ 'ਤੇ ਕਰ ਸਕਦੇ ਅਤੇ ਲਓ ਵੀ ਮੁੰਡਿਓ ਨੈਕਸਟ ਡੇ ਵਲੌਗ ਐਂਡ ਕਰਨ ਦਾ ਆ ਗਿਆ ਟਾਈਮ ਅਤੇ ਐਮਸਿਲ ਇੱਥੇ ਸੁੱਕ ਗਈ ਚੰਗੀ ਤਰ੍ਹਾਂ ਆ ਪੱਥਰ ਹੋ ਗਈ ਹੈ ਠੀਕ ਹੈ ਗੇਅਰ ਗੂਰ ਸਾਰੇ ਓਕੇ ਨੇ ਅੱਜ ਮੈਂ ਕੋਸ਼ਿਸ਼ ਕਰਦਾ ਕਿ ਕੰਪਲੀਟ ਕਰ ਹੀ ਦਿੰਦਾ ਵਾਂ ਕੋਸ਼ਿਸ਼ ਤਾਂ ਮੈਂ ਇਹੀ ਕਰਾਂਗਾ ਬਾਕੀ ਚਲੋ ਦੇਖਦੇ ਹਾਂ ਕੀ ਬਣਦਾ ਅਤੇ ਉਸ ਦੇ ਨਾਲ ਹੀ ਬਾਹਰ ਮੌਸਮ ਵੀ ਠੀਕ ਹੈ ਅਤੇ ਮੇਰਾ ਵੀਡੀਓ ਸ਼ੂਟ ਕਰਨ ਦਾ ਪਲੈਨ ਹੈ ਸਵਰਾਜ ਨਾਲ ਕਿ ਅੱਜ ਇਹਦੇ ਨਾਲ ਵੀਡੀਓ ਸ਼ੂਟ ਕਰਦੇ ਹਾਂ ਅਤੇ ਆਹ ਦੇਖਦੇ ਹਾਂ ਆਪਾਂ ਵੀ ਚਿੱਕੜ 'ਚ ਚਲਾਉਣਾ ਹੈ ਕਿ ਉਂਝ ਹੀ ਚਲਾਉਣਾ ਇਹ ਦੇਖਣਾ ਪੈਣਾ ਠੀਕ ਹੈ ਕੱਲ੍ਹ ਪਲੈਨ ਸੀਗਾ ਵੀ ਚਿੱਕੜ 'ਚ ਚਲਾਉਣੇ ਕੱਦੂ ਕਰਕੇ ਪਰ ਅੱਜ ਪਲੈਨ ਚੇਂਜ ਜਿਹਾ ਹੋ ਰਿਹਾ ਹੈ ਬਾਕੀ ਚਲੋ ਨੈਕਸਟ ਵਲੌਗ ਤੁਹਾਨੂੰ ਪਤਾ ਲੱਗ ਜੂ ਰੀਲ 'ਚ ਪਤਾ ਲੱਗ ਜੂ ਕੀ ਕਰਦੇ ਹਾਂ ਠੀਕ ਹੈ ਅਤੇ ਬਸ ਆਹ ਵਲੌਗ ਆਪਣਾ ਇੱਥੋਂ ਤੱਕ ਇਹ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਅਤੇ ਜਿਹੜੇ ਵੀ ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ ਠੀਕ ਹੈ ਅਤੇ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਅਤੇ ਇੱਕ ਵੀਡੀਓ ਸ਼ੂਟ ਕਰਦੇ ਹਾਂ ਆਪਾਂ ਇਹਦੇ ਨਾਲ